ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜੇ ਮਸਲੇ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ ਵੀਰੋ, ਆਪ ਸਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਾਰੇ ਮਸਲੇ ਬਾਰੇ ਪਤਾ ਆ ਕਿ ਇਹ ਜੋ ਵੀ ਬੁੱਤ ਪ੍ਰਸਤਾ ਵਾ ਇਹ ਸਾਡੇ ਸਿੱਖ ਇਤਿਹਾਸ ਦੇ ਬਿਲਕੁਲ ਉਲਟਿਆ, ਅਤੇ ਮੇਰੇ ਵੀਰ ਬੜੇ ਚਿਰ ਤੋਂ ਸੰਘਰਸ਼ ਕਰਦੇ ਆ ਰਹੇ ਨੇ, ਅਤੇ ਮੈਂ ਅੱਜ ਉਹਨਾਂ ਵੀਰਾਂ ਦਾ, ਉਹਨਾਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਰਿਣੀ ਹਾਂ ਇਸ ਚੀਜ਼ ਦੀ ਕਿ ਗੁਰੂ ਸਾਹਿਬ ਜੀ ਨੇ ਬੁਲਾਇਆ ਅਤੇ ਮੇਰੇ ਵੀਰਾਂ ਨੇ ਪ੍ਰਵਾਹ ਘਾਰਤਾ। ਵੀਰੋ, ਇਸੇ ਤਰ੍ਹਾਂ ਹੀ ਆਪਣੀ ਏਕਤਾ ਨੂੰ ਕਾਇਮ ਰੱਖਿਓ। ਇਹ ਕਿਸੇ ਜਥੇਬੰਦੀ ਦਾ ਕੰਮ ਨਹੀਂ ਹੈਗਾ, ਕਿਸੇ ਇੱਕ ਜਥੇਦਾਰ ਦਾ ਕੰਮ ਨਹੀਂ ਹੈਗਾ, ਇਹ ਪੂਰੀ ਸਿੱਖ ਕੌਮ ਦਾ ਕੰਮ ਆ, ਅਤੇ ਕਾਰਜ ਗੁਰੂ ਦਾ ਤਾਂ ਕਰਨਾ। ਗੁਰੂ ਸਾਹਿਬ ਨੇ ਹੌਂਸਲਾ ਨਾ ਮੇਰੇ ਵੀਰ ਹਾਰੋ, ਇੱਕਜੁੱਟ ਹੋ ਕੇ, ਇੱਕ ਮੁੱਠ ਹੋ ਕੇ, ਜਿਹੜੇ ਅੱਜ ਲੋਕ ਸਾਨੂੰ ਕਹਿੰਦੇ ਸੀ ਨਾ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਨਹੀਂ ਹੁੰਦੇ। ਜਦੋਂ ਮੈਂ ਫਤਿਹਗੜ੍ਹ ਸਾਹਿਬ ਸਹੀ ਗਈ ਸੀ ਐਰਕਾ ਸਾਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ 'ਤੇ, ਅਤੇ ਮੈਂ ਉੱਥੇ ਇੱਕੋ ਅਰਦਾਸ ਕੀਤੀ ਸੀ, ਭਾਵਕ ਹੋ ਕੇ ਤਿੰਨ ਟਾਈਮ ਮਹਾਰਾਜ ਦੀ ਗੜੀ ਅਰਦਾਸ ਕੀਤੀ ਕਿ ਗੁਰੂ ਪਾਤਸ਼ਾਹ ਜੀ, ਸਾਨੂੰ ਜਦੋਂ ਇਹ ਗੱਲਾਂ ਸਾਡੇ ਕੰਨਾਂ ਦੇ ਵਿੱਚ ਪੈਂਦੀਆਂ ਨਾ ਕਿ ਖਾਲਸਾ ਪੰਥ ਆਪਸ ਵਿੱਚ ਪਾਟਿਆ ਹੋਇਆ, ਤਾਂ ਸਾਡਾ ਜਿਹੜਾ ਕਲੇਜਾ ਪਾੜ ਜਾਂਦਾ। ਜੇ ਮਹਾਰਾਜ ਕਿਰਪਾ ਕਰੋ, ਇੱਕ ਨਿਸ਼ਾਨ ਸਾਹਿਬ ਥੱਲੇ ਮੇਰੇ ਵੀਰਾਂ ਨੂੰ ਇਕੱਤਰ ਕਰ ਦਿਉ, ਕੌਮ ਦੇ ਕਾਰਜ ਅਸੀਂ ਇੱਕ ਹੋ ਕੇ ਕਰੀਏ। ਬਾਕੀ ਸਾਡੇ ਕਾਰਜ ਜਿਵੇਂ ਦੁਨਿਆਵੀ ਕਾਰਜ ਜਿਵੇਂ ਮਰਜ਼ੀ ਹੈ, ਜਥੇਬੰਦੀਆਂ ਜਿਵੇਂ ਮਰਜ਼ੀ ਸਾਡੀਆਂ ਅਲੱਗ ਅਲੱਗ ਨੇ, ਟੀਚਾ ਸਾਡਾ ਇੱਕ ਹੋਣਾ ਚਾਹੀਦਾ, ਮਕਸਦ ਸਾਡਾ ਇੱਕ ਹੋਣਾ ਚਾਹੀਦਾ। ਜੇ ਅੱਜ ਅਸੀਂ ਏਕਤਾ ਸਾਡੇ ਵਿੱਚ ਜਿਸ ਤਰ੍ਹਾਂ ਬੜਗਾੜੀ ਸਾਹਿਬ ਏਕਤਾ ਵਿਖਾਈ ਸੀ ਨਾ, ਅਤੇ ਮੇਰੇ ਵੀਰ ਉੱਥੋਂ ਨਾ ਉੱਠਦੇ ਤਾਂ ਸਾਨੂੰ ਕਿਸੇ ਨਾ ਕਿਸੇ ਅਸੀਂ ਆਪਣੇ ਪਹੁੰਚ ਸਕਦੇ ਸੀ, ਮਕਸਦ ਦੇ ਉੱਤੇ ਪਹੁੰਚ ਸਕਦੇ, ਸਾਡਾ ਮਸਲਾ ਉਹ ਹੱਲ ਵੀ ਹੋ ਸਕਦਾ ਸੀਗਾ। ਪਰ ਮੈਂ ਕਹਿੰਦੀ ਵੀਰੋ, ਬੜਗਾੜੀ ਸਾਹਿਬ ਵਾਂਗੂ ਕਿਤੇ ਇਕੱਤਰ ਹੋ ਕੇ ਉਹ ਹੀ ਕੰਮ ਨਾ ਕਰਿਓ ਮੇਰੇ ਵੀਰ, ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਾਥ ਦਿਓ। ਮੈਂ ਰਿਣੀ ਹਾਂ ਭਾਈ ਬਲਬੀਰ ਸਿੰਘ ਮੁੱਛਲ ਦੀ, ਜਿੱਦਣ ਅਸੀਂ ਇਹ ਕੰਮ ਕੀਤਾ ਸੀ ਤਾਂ ਮੈਨੂੰ ਪੁੱਛਿਆ ਗਿਆ ਸੀ, ਕਹਿੰਦੇ ਭੈਣ ਜੀ ਲੱਤਾਂ ਭਾਰ ਝੱਲਦੀਆਂ ਨੇ, ਤੁਸੀਂ ਕਿਹਦੇ ਬੰਦੇ ਹੋ? ਅਸੀਂ ਇੱਕੋ ਗੱਲ ਕਹੀ ਗਈ, ਅਕਾਲ ਪੁਰਖ ਦੇ ਬੰਦੇ ਹਾਂ, ਉਸ ਅਕਾਲ ਪੁਰਖ ਦੇ ਅਸੀਂ ਬੰਦੇ ਹਾਂ। ਕਹਿੰਦਾ ਇਹ ਲੱਤਾਂ ਭਾਰ ਝੱਲਦੀਆਂ, ਮੈਂ ਇੱਕੋ ਗੱਲ ਕਹੀ ਵੀਰੋ, ਮੇਰੀਆਂ ਲੱਤਾਂ ਨੇ, ਲੱਤਾਂ ਕਲਗੀਧਰ ਪਾਤਸ਼ਾਹ ਜੀ ਦੀਆਂ ਨੇ। ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਤੁਹਾਡੀ ਗਵਾਹੀ ਕੌਣ ਕਰੂਗਾ? ਮੈਂ ਆਖਿਆ ਮੇਰੀ ਗਵਾਹੀ ਕਰੂਗਾ ਕਲਗੀਧਰ ਪਾਤਸ਼ਾਹ ਜੀ ਮੇਰੇ। ਅਤੇ ਅੱਜ ਮੈਨੂੰ ਮੇਰੇ ਗੁਰੂ ਸਾਹਿਬ ਜੀ ਨੇ ਇੰਨਾ ਮਾਣ ਬਖਸ਼ਿਆ ਆ, ਮੈਂ ਕਹਿੰਦੀ ਕਾਰਜ ਸੰਗਤਾਂ ਦਾ ਵਾ, ਸੰਗਤਾਂ ਨੇ ਕਰ ਦੇਣਾ ਵਾ। ਜਿਹੜੇ ਮੇਰੇ ਵੀਰ ਇੱਥੇ ਨਹੀਂ ਪਹੁੰਚ ਸਕਦੇ, ਭੈਣੋ ਆਪੋ ਆਪਣੇ ਘਰ ਚੌਪਈ ਸਾਹਿਬ ਦੇ ਪਾਠਾਂ ਦਾ ਜਾਪ ਕਰੋ, ਜਾਪ ਕਰਕੇ ਇਹਨਾਂ ਵੀਰਾਂ ਦੇ ਬਲ ਵਾਸਤੇ ਅਰਦਾਸਾਂ ਕਰੋ ਕਿ ਸਾਡੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਕਿਉਂਕਿ ਜਿੱਥੇ ਵੀਰਾਂ ਦਾ ਫਰਜ਼ ਬਣਦਾ ਵਾ ਇਹ ਸੇਵਾ ਕਰਨ ਦਾ, ਭੈਣਾਂ ਦਾ ਫਰਜ਼ ਬਣਦਾ ਨਾਮ ਜਪ ਕੇ ਵੀਰਾਂ ਦੀ ਅਰਦਾਸ ਕਰਨ ਦਾ, ਅਤੇ ਅਰਦਾਸ ਵਿੱਚ ਬੜਾ ਬਲ ਹੁੰਦਾ। ਜੇ ਮੇਰੀਆਂ ਭੈਣਾਂ ਬੇਨਤੀ ਕਰੋ ਮਹਾਰਾਜ ਦੇ ਅੱਗੇ ਕਿ ਸੱਚੇ ਪਾਤਸ਼ਾਹ ਤੁਹਾਡਾ ਕਾਰਜ ਆ, ਤੁਸੀਂ ਆਪ ਹੀ ਸਵਾਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।